ਐਲਕੋਹਲ ਹੈ ਇਹਨੂੰ ਰਿਕਵਰ ਕੀਤਾ ਹੈ, ਜਿਸ 200 ਲੀਟਰ ਦੇ ਕਰੀਬ ਹੈ। ਕੁਛ ਬੋਟਲਾਂ, ਕੁਛ ਢੱਕਣ, ਲੈਪਟਾਪ, ਕੰਪਿਊਟਰ, ਇੱਕ ਗੱਡੀ ਜਿਹੜੀ ਯੂਜ਼ ਕਰਦੇ ਸੀ ਉਹ ਰਿਕਵਰ ਕੀਤੀ ਹੈ। ਜਿਵੇਂ ਇਹਦੇ 'ਤੇ ਜਿਹੜਾ ਇਹਨੇ ਆਪਣੇ ਲੈਪਟਾਪ 'ਤੇ ਪ੍ਰਿੰਟ ਕੀਤਾ ਉਹ ਸ਼ਾਹੀ ਲਿਖਿਆ ਹਿੰਦੀ ਦੇ ਵਿੱਚ, ਇਹਦੇ ਨਾਲ ਦੀ ਕੋਈ ਮਿਲਦੀ ਹੈ ਉਹ ਵੀ। ਇਸ ਤੋਂ ਇਲਾਵਾ ਜ਼ਰੂਰੀ ਨਹੀਂ ਇਹੀ ਮਾਰਕਾ ਹੋਏ, ਅਜੇ ਤੱਕ ਦੀ ਸਾਡੀ ਤਫਤੀਸ਼ 'ਚ ਇੱਕ ਮਾਰਕੇ ਦੀ ਗੱਲ ਆਉਂਦੀ ਹੈ, ਲੇਕਿਨ ਜਿਹੜੀਆਂ ਧਾਰਾਵਾਂ 'ਚ ਪਰਚੇ ਦਰਜ ਹੋਏ ਨੇ ਤਿੰਨੇ ਹੀ, ਉਹਦੇ 'ਚ 302, 61A ਔਰ ਇੱਕ FIR ਜਿਹੜੀ ਮੇਨ ਸੀ ਉਹਦੇ 'ਚ 120 ਵੀ ਐਡ ਕੀਤੀ ਗਈ। ਇਹੋ ਜਿਹੀ ਫੈਟਲਿਸ ਐਲਕੋਹਲ ਨੂੰ ਕੰਜ਼ਿਊਮ ਕਰਕੇ ਇਲੀਗਲ ਸੋਰਸਿਸ ਤੋਂ ਲਾ ਕੇ ਡਿਸਟ੍ਰੀਬਿਊਟ ਕਰਕੇ ਅਤੇ ਜਾਨਾਂ ਜਾਂਦੀਆਂ ਨੇ, ਉਹਦੇ ਵਿੱਚ ਲਾਈਫ ਇਮਪ੍ਰਿਜ਼ਨਮੈਂਟ ਅਤੇ ਡੈਥ ਇਮਪ੍ਰਿਜ਼ਨਮੈਂਟ ਦੀ ਪ੍ਰੋਵੀਜ਼ਨ, ਯਾਨੀ ਉਮਰ ਕੈਦ ਅਤੇ ਸਜ਼ਾਏ ਮੌਤ ਹੋ ਸਕਦੀ, ਸਜ਼ਾਏ ਮੌਤ ਦੀ ਪ੍ਰੋਵੀਜ਼ਨ ਆ। ਜ਼ਹਿਰੀਲੀ ਸ਼ਰਾਬ ਨੇ ਦੇਸ਼ ਭਰ ਦੇ ਵਿੱਚ ਅਨੇਕਾਂ ਲੋਕਾਂ ਦੀਆਂ ਜਾਨਾਂ ਲਈਆਂ, ਅਨੇਕਾਂ ਵਾਰ ਐਸੇ ਮਸਲੇ ਸਾਹਮਣੇ ਆਉਂਦੇ ਨੇ। ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਵੀ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਜਾਨਾਂ ਲਈਆਂ। ਇੱਕ ਵਾਰ ਫਿਰ ਤੋਂ ਸੰਗਰੂਰ ਦੇ ਵਿੱਚ ਤ੍ਰਾਸਦੀ ਹੋਈ ਹੈ, 20 ਲੋਕਾਂ ਦੀ ਜਾਨ ਚਲੀ ਗਈ ਹੈ। ਆਖਿਰ ਇਸ ਮਾਮਲੇ ਦੇ ਵਿੱਚ ਕਿੰਨੇ ਲੋਕ ਗ੍ਰਿਫਤਾਰ ਹੋਏ ਔਰ ਮਸਲਾ ਪਹੁੰਚਿਆ ਕਿੱਥੇ ਹੈ, ਇਹ ਹਾਲਾਤ ਬਣੇ ਕਿਉਂ? ਸਾਡੇ ਨਾਲ ADGP ਗੁਰਿੰਦਰ ਸਿੰਘ ਢਿੱਲੋਂ ਮੌਜੂਦ ਨੇ ਔਰ SSP ਸਰਤਾਜ ਸਿੰਘ ਚਾਹਲ ਜਿਹੜੇ ਇਸ ਵੇਲੇ ਤਫਤੀਸ਼ ਕਰ ਰਹੇ ਨੇ। ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ, ਉਸ ਨੂੰ ਹੈੱਡ ਕਰ ਰਹੇ ਨੇ ADGP ਲਾ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਬੇਹੱਦ ਗੰਭੀਰ ਮਸਲਾ ਜਦੋਂ ਕਿਸੇ ਦੀ ਜਾਨ ਦੇ ਨਾਲ ਜੁੜਿਆ ਹੋਵੇ, ਜਦੋਂ ਇੱਕ ਕੁਝ ਪੈਸਿਆਂ ਦੇ ਲਈ ਐਸੀ ਸਸਤੀ ਜ਼ਹਿਰੀਲੀ ਸ਼ਰਾਬ ਲੋਕਾਂ ਨੂੰ ਪਰੋਸ ਦਿੱਤੀ ਜਾਵੇ, ਵੇਚ ਦਿੱਤੀ ਜਾਵੇ, ਤਾਂ ਐਸੇ ਮਸਲਿਆਂ ਦੇ ਵਿੱਚ ਜਦੋਂ ਕਾਰਵਾਈ ਹੁੰਦੀ ਹੈ ਤਾਂ ਕਿੱਥੋਂ ਤੱਕ ਫਿਲਹਾਲ ਕਹੀਏ ਕਿ ਇਹ ਤਫਤੀਸ਼ ਦੇ ਤਹਿਤ ਤੁਸੀਂ ਪਹੁੰਚੇ ਹੋ? ਦੇਖੋ, ਵੈਰੀ ਸੈਡ, ਮੈਂ ਦੁਬਾਰਾ ਰਿਪੀਟ ਕਰੂੰਗਾ ਕਿ ਇੱਕ ਪ੍ਰੋਫਿਟ ਮੋਟਿਵ ਲਈ ਜਾਂ ਜਿਹੜੇ ਵੀ ਮੋਟਿਵ ਲਈ ਇਹ 20 ਜਾਨਾਂ ਗਈਆਂ ਨੇ, ਔਰ ਪਰਮਾਤਮਾ ਅੱਗੇ ਦੁਆ ਅਰਦਾਸ ਕਰਦੇ ਹਾਂ ਕਿ ਇਸ ਤੋਂ ਇਲਾਵਾ ਇਹ ਨਾ ਵਧਣ, ਕਿਉਂਕਿ ਕੁਛ ਅਜੇ ਤੱਕ ਵੀ ਮਿਸਿੰਗ ਹੈ। ਇਲਿਸਿਟ ਲਿਕਰ, ਇਹ ਜਿਹੜੀ ਮੈਥਨੋਲ ਕੰਟੈਂਟ ਵਾਲੀ ਅਲਕੋਹਲ ਹੈ, ਇਹਦੇ ਵਿੱਚ ਅਜੇ ਤੱਕ ਅਸੀਂ 3 FIR ਦਰਜ ਕੀਤੀਆਂ ਨੇ, ਉਹਦੇ 'ਚ 10 ਅਕਿਊਸ ਨੋਮੀਨੇਟ ਕੀਤੇ ਨੇ, ਉਹਨਾਂ ਦੇ ਵਿੱਚੋਂ 8 ਗ੍ਰਿਫਤਾਰ ਹੋਏ ਨੇ, ਜਿਨ੍ਹਾਂ 'ਚ 2 ਮੇਨ ਅਕਿਊਸ ਜਿਹੜੇ ਨੇ, ਜਿਹੜੇ ਮਾਸਟਰ ਮਾਇੰਡ ਆ ਜਿਨ੍ਹਾਂ 'ਚੋਂ ਉਹ ਗ੍ਰਿਫਤਾਰ ਹੋਏ ਨੇ। ਕੁਛ ਜਿਹੜੀ ਇਹ ਐਲਕੋਹਲ ਹੈ ਇਹਨੂੰ ਰਿਕਵਰ ਕੀਤਾ ਹੈ, ਜਿਸ 200 ਲੀਟਰ ਦੇ ਕਰੀਬ ਹੈ। ਕੁਛ ਬੋਟਲਾਂ, ਕੁਛ ਢੱਕਣ, ਲੈਪਟਾਪ, ਕੰਪਿਊਟਰ, ਇੱਕ ਗੱਡੀ ਜਿਹੜੀ ਯੂਜ਼ ਕਰਦੇ ਸੀ ਉਹ ਰਿਕਵਰ ਕੀਤੀ ਹੈ। 20 ਜਾਨਾਂ ਜਿਹੜੀਆਂ ਗਈਆਂ ਨੇ ਉਹਨਾਂ 'ਚੋਂ ਤਕਰੀਬਨ ਬਹੁਤਾਤ ਸਾਰਿਆਂ ਦੀ ਪੋਸਟਮਾਰਟਮ ਹੋ ਚੁੱਕੀ ਹੈ, 14 ਬੋਡੀਜ਼ ਆਲਰੇਡੀ ਕ੍ਰੀਮੇਟ ਕੀਤੀਆਂ ਜਾ ਚੁੱਕੀਆਂ ਨੇ, 6 ਬਾਕੀ ਨੇ। 23 ਹੋਸਪਿਟਲ 'ਚ ਵੱਖ ਵੱਖ ਜਗ੍ਹਾ ਤੋਂ, ਉਹ ਸੰਗਰੂਰ ਦੇ ਏਰੀਏ 'ਚੋਂ ਹੋਸਪਿਟਲ ਪਟਿਆਲਾ ਅਤੇ ਸੰਗਰੂਰ ਦਾਖਲ ਨੇ, ਉਹਨੂੰ ਉਹ ਜੇਰੇ ਇਲਾਜ ਨੇ, ਔਰ ਡਿਪਟੀ ਕਮਿਸ਼ਨਰ ਸੰਗਰੂਰ ਅਤੇ SSP ਸੰਗਰੂਰ ਇੱਕ 1 ਟੀਮ ਦੇ ਤੌਰ 'ਤੇ ਔਨ ਗਰਾਊਂਡ ਤਫਤੀਸ਼ ਵੀ ਕਰਾ ਰਹੇ ਨੇ, ਔਰ ਇਸ ਤੋਂ ਇਲਾਵਾ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਆਗਾਹ ਕਰ ਰਹੇ ਨੇ ਕਿ ਤੁਸੀਂ ਖਿਆਲ ਰੱਖੋ, ਜੇ ਕਿਸੇ ਕੋਲ ਪਈ ਆ ਉਹ ਪੀਤੀ ਨਾ ਜਾਏ। ਔਰ ਮੈਂ ਵੀ ਤੁਹਾਡੇ ਥਰੂ ਅਪੀਲ ਕਰਦਾ ਕਿ ਇਹੋ ਜਿਹੀ ਸ਼ਰਾਬ ਜਿਹੜੀ ਘਰ ਦੇ ਵਿੱਚ ਅਨਵੈਰੀਫਾਈਡ ਸੋਰਸ ਤੋਂ ਤੁਹਾਡੇ ਕੋਲ ਪਈ ਆ, ਉਹਦਾ ਮਾਰਕਾ ਕੋਈ ਵੀ ਹੋਏ, ਔਰ ਜਿਹੜਾ ਅਸੀਂ ਇਹ ਮਾਰਕਾ ਹੁਣ ਗੱਲ ਕੀਤੀ ਸੀ, ਇਸ ਤੋਂ ਇਲਾਵਾ ਕੋਈ ਹੋਰ ਵੀ ਅਨਵੈਰੀਫਾਈਡ ਸੋਰਸ ਤੋਂ ਪਈ ਹੋਏ, ਕੋਈ ਮਾਰਕਾ ਹੋਰ ਵੀ ਲਗਾਇਆ ਹੋ ਸਕਦਾ, ਘਰ ਹੀ ਪ੍ਰਿੰਟ ਕੀਤਾ ਉਹਨਾਂ, ਕਿਹੜਾ ਕਿਤੇ
ਆਥੋਰਾਈਜ਼ ਸੋਰਸ ਤੋਂ ਲਿਆ ਜਾਂ ਕੀਤਾ ਉਹ ਨਾ ਪੀਤੀ ਜਾਏ, ਪੁਲਿਸ ਦੇ ਹਵਾਲੇ ਕੀਤੀ ਜਾਏ। ਸਰ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀ ਸ਼ਰਾਬ ਤੁਸੀਂ ਬਰਾਮਦ ਕਰ ਲਈ ਹੈ, ਜਿਹਦੇ ਨਾਲ ਇਹ ਘਟਨਾ ਵਾਪਰੀ ਹੈ, ਜਾਨਾਂ ਗਈਆਂ ਨੇ, ਉਹਨਾਂ ਦੇ ਵਿੱਚੋਂ ਹਜੇ 40-45 ਬੋਤਲਾਂ ਮਿਸਿੰਗ ਨੇ, ਹਲੇ ਬਰਾਮਦ ਨਹੀਂ ਹੋਈਆਂ, ਉਹ ਕਿਸੇ ਦੇ ਘਰੇ ਵੀ ਹੋ ਸਕਦੀਆਂ ਨੇ, ਉਹ ਇੱਧਰ ਉੱਧਰ ਵੀ ਹੋ ਸਕਦੀਆਂ ਨੇ, ਤਾਂ ਉਹ ਸ਼ਰਾਬ ਹੈ ਜਿਹੜੀ ਠੇਕੇ ਤੋਂ ਇਲਾਵਾ ਲਈ ਗਈ ਹੈ, ਤੁਹਾਡੇ ਕਹਿਣ ਦੇ ਭਾਵ, ਤਾਂ ਉਸ ਸ਼ਰਾਬ ਦੀ ਨਿਸ਼ਾਨੀ ਕੀ ਹੈ, ਤਾਂ ਕਿ ਜੇ ਕਿਸੇ ਦੇ ਕੋਲ ਉਹ ਬੋਤਲ ਜਾਣੇ ਅਣਜਾਣੇ 'ਚ ਪਈ ਹੈ ਤਾਂ ਉਹ ਸਿੱਧਾ ਉਸ ਤੋਂ ਬਚ ਸਕੇ, ਜੇ ਹਾਲੇ ਤੱਕ ਨਹੀਂ ਪੀਤੀ ਅਤੇ ਜੇ ਕਿਸੇ ਨੇ ਪੀ ਲਈ ਹੈ ਉਹਦੇ 'ਚੋਂ ਥੋੜ੍ਹੀ ਬਹੁਤੀ, ਤਾਂ ਉਹ ਕਿੱਧਰ ਜਾਵੇ? ਦੇਖੋ ਇੰਜ ਹੈ, ਜਿਹੜੇ ਤਾਂ ਪੀ ਲਈ ਹੈ ਉਹ ਤਾਂ ਸਾਡੇ ਕੋਲ ਐਡਮਿਟਡ ਨੇ, ਜਿਵੇਂ 23 ਐਡਮਿਟਡ ਨੇ, 20 ਦੀ ਡੈਥ ਹੋ ਚੁੱਕੀ ਹੈ। ਜੇ ਕਿਸੇ ਹੋਰ ਅਨਵੈਰੀਫਾਈਡ ਸੋਰਸ 'ਤੇ ਤੋਂ ਪ੍ਰਕਿਓਰ ਕੀਤੀ ਘਰ ਪਈ ਹੈ, ਜਿਵੇਂ ਇਹਦੇ 'ਤੇ ਜਿਹੜਾ ਇਹਨੇ ਆਪਣੇ ਲੈਪਟਾਪ 'ਤੇ ਪ੍ਰਿੰਟ ਕੀਤਾ ਉਹ ਸ਼ਾਹੀ ਲਿਖਿਆ ਹਿੰਦੀ ਦੇ ਵਿੱਚ, ਇਹਦੇ ਨਾਲ ਦੀ ਕੋਈ ਮਿਲਦੀ ਹੈ ਉਹ ਵੀ, ਇਸ ਤੋਂ ਇਲਾਵਾ ਜ਼ਰੂਰੀ ਨਹੀਂ ਇਹੀ ਮਾਰਕਾ ਹੋਏ, ਅਜੇ ਤੱਕ ਦੀ ਸਾਡੀ ਤਫਤੀਸ਼ 'ਚ ਇੱਕ ਮਾਰਕੇ ਦੀ ਗੱਲ ਆਉਂਦੀ ਹੈ, ਲੇਕਿਨ ਉਹਨੂੰ ਹੋਰ ਵੀ ਯੂਜ਼ ਕੀਤਾ ਹੋ ਸਕਦਾ ਕਿਉਂਕਿ ਉਹ ਜਿੰਨਾ ਉਹਨਾਂ ਨੇ ਐਫਰਟ ਔਰਗਨਾਈਜ਼ ਤਰੀਕੇ ਨਾਲ ਕੀਤਾ ਹੈ। ਮੈਂ ਇੱਕ ਲਿਮਿਟ ਵਰਡ ਨੂੰ ਲਿਮਿਟ ਨਹੀਂ ਕਰਨਾ ਚਾਹੁੰਦਾ, ਜੇ ਕਿਸੇ ਘਰ ਦੇ ਵਿੱਚ ਇਹਨਾਂ ਦੇ ਇਰਦ ਗਿਰਦ ਘਰ ਦੇ ਵਿੱਚ ਸਪਲਾਈ ਕੀਤੀ ਹੋਈ ਸੋਰਸ ਸੇਲ ਪੁਆਇੰਟ ਵੈਰੀਫਾਈਡ ਤੋਂ ਨਾ ਲਈ ਸ਼ਰਾਬ ਪਈ ਹੋਏ ਜਾਂ ਸ਼ਰਾਬ ਨੁਮਾ ਇਹੋ ਜਿਹੀ ਕੋਈ ਕੰਟੈਂਟ ਪਿਆ ਹੋਏ ਉਹਨੂੰ ਕੰਜ਼ਿਊਮ ਨਾ ਕੀਤਾ ਜਾਵੇ। ਇਹਨਾਂ ਦਾ ਭਾਵ ਕਿ ਅਗਰ ਸਸਤੀ ਕਿਤੋਂ ਵੀ ਬੋਤਲ ਲਈ ਹੈ ਤਾਂ ਉਹ ਪੀਤੀ ਨਾ ਜਾਵੇ। ਦੂਜੀ ਚੀਜ਼, ਇਹ ਜਿਹੜੇ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, ਜਿਹੜੇ ਦੋਨੇ ਮੁੱਖ ਮੁਲਜ਼ਮ ਨੇ, ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ, ਔਰ ਇਹਨਾਂ ਦੀ ਮੁਲਾਕਾਤ ਕਿਵੇਂ ਹੁੰਦੀ ਹੈ, ਤਾਂ ਕਿੱਥੇ ਇਹ ਪੂਰੀ ਜਿਹੜੀ ਹੈ ਕਹਾਣੀ ਰਚੀ ਜਾਂਦੀ ਹੈ? ਦੇਖੋ ਅਜੇ ਤੱਕ ਸਫਾ ਮਿਸਲ 'ਤੇ ਜਿਹੜੀ ਤਫਤੀਸ਼ ਆਈ ਹੈ, ਜਿਹੜੀ ਸੰਗਰੂਰ ਦੀ ਇਨਵੈਸਟੀਗੇਸ਼ਨ ਟੀਮ ਬਣੀ ਸੀ, ਉਹਨਾਂ ਨੇ ਜੋ ਤਫਤੀਸ਼ ਕੀਤੀ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਮੇਨ ਅਕਿਊਜ਼ਡ ਹਰਮਨਪ੍ਰੀਤ ਹੈ ਔਰ ਗੁਰਲਾਲ ਗਿਫਟੀ ਹੈ, ਇਹ ਦੋਨੇ ਜਾਣੇ ਕ੍ਰਿਮੀਨਲ ਪਾਸਟ ਰੱਖਦੇ ਨੇ। ਉਹ ਐਕਸਟੋਰਸ਼ਨ ਦੇ ਕੇਸ ਸੀਗਾ, ਇਹ ਚੋਰੀ ਦੇ ਕੇਸ ਸੀਗਾ, ਦੋਨੋਂ ਜਾਣੇ ਇੱਕ ਸੰਗਰੂਰ ਜੇਲ੍ਹ 'ਚ ਇਕੱਠੇ ਹੋਏ ਨੇ, ਦੋਨੇ ਯੰਗ ਮੁੰਡੇ ਨੇ, ਔਰ ਇਹਨਾਂ ਦੋਨਾਂ ਜਾਣਿਆਂ ਨੇ ਹੀ ਇਹ ਸਾਰਾ ਕੁਛ ਕਹਾਣੀ ਬਣਾ ਕੇ ਉਹਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਉਹਨਾਂ ਨੂੰ ਉਹਦੀ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਡਿਜੀਟਲ ਤਰੀਕੇ ਨਾਲ ਹਾਸਲ ਕਰਕੇ ਉਹਨੂੰ ਅੱਗੇ ਫਿਰ ਆਪਣੀ ਉਸ ਵਿਆਹਬੰਦੀ ਨੂੰ ਅੱਗੇ ਤੋਰਿਆ। ਚਲੋ ਸਰ, ਕਾਰਵਾਈ ਹੋ ਰਹੀ ਹੈ। ਇੱਕ ਚੀਜ਼ ਹੋਰ, ਉਹਨਾਂ ਲੋਕਾਂ ਲਈ ਜਿਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਦਾਂ ਦੇ ਕੇਸ ਦੇ ਵਿੱਚ ਕੋਈ ਪਰਚਾ ਕਰੀ ਦਰਜ ਹੋ ਗਿਆ, ਅੰਦਰ ਚਲੇ ਗਏ ਅਤੇ ਜ਼ਮਾਨਤ ਹੋ ਗਈ, ਉਹਨਾਂ ਲੋਕਾਂ ਦੀ ਜਾਣਕਾਰੀ ਲਈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਹਦੇ 'ਚ ਕਾਰਵਾਈ ਕਿਸ ਧਾਰਾ ਦੇ ਤਹਿਤ, ਕਿਸ ਤਰ੍ਹਾਂ ਦੇ ਕਾਨੂੰਨ ਦੇ ਤਹਿਤ ਹੁੰਦੀ ਹੈ, ਔਰ ਸਜ਼ਾ ਕਿਸ ਲੈਵਲ 'ਤੇ ਹੋ ਸਕਦੀ ਹੈ, ਕਿਉਂਕਿ ਅਮੈਂਡਮੈਂਟ ਹੋਈ ਸੀ ਇੱਕ ਕਾਨੂੰਨ ਦੇ ਵਿੱਚ, ਤਾਂ ਕਿਸ ਧਾਰਾ ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਅਤੇ ਉਹਦੇ 'ਚ ਉਹਨਾਂ ਦਾ ਨਿਬੜਨਾ ਕੀ ਹੈ? ਵੈਰੀ ਗੁੱਡ ਕੁਐਸਚਨ ਬਾਈ, ਮੈਂ ਪਹਿਲਾਂ ਦੁਬਾਰਾ ਕਰਦਾ, ਜਿਹੜੀਆਂ ਧਾਰਾਵਾਂ 'ਚ ਪਰਚੇ ਦਰਜ ਹੋਏ ਨੇ ਤਿੰਨੇ ਹੀ, ਉਹਦੇ 'ਚ 302, 61 ਏ ਔਰ ਇੱਕ FIR ਜਿਹੜੀ ਮੇਨ ਸੀ ਉਹਦੇ 'ਚ 120 ਵੀ ਐਡ ਕੀਤੀ ਜਾਈ। ਜਿਹੜੀ 61 ਏ ਹੈ ਉਹ ਅਮੈਂਡਮੈਂਟ ਤੋਂ ਬਾਅਦ, ਇਸ ਤੋਂ ਪਹਿਲਾਂ ਇੱਕ ਘਟਨਾ ਹੋਈ ਸੀ ਪੰਜਾਬ 'ਚ, ਉਸ ਤੋਂ ਬਾਅਦ ਅਸੈਂਬਲੀ 'ਚ ਗੱਲ ਚੱਲੀ ਸੀ, ਫਿਰ ਅਮੈਂਡਮੈਂਟ ਕੀਤੀ ਗਈ, ਉਹਦੀ ਨੋਟੀਫਿਕੇਸ਼ਨ ਹੋਈ ਹੈ। ਉਹਦੇ ਤਹਿਤ ਜੇ ਇਹੋ ਜਿਹੀ ਫੈਟਲਿਸਟ ਐਲਕੋਹਲ ਨੂੰ ਕੰਜ਼ਿਊਮ ਕਰਕੇ ਇਲੀਗਲ ਸੋਰਸਿਸ ਤੋਂ ਲਾ ਕੇ ਡਿਸਟ੍ਰੀਬਿਊਟ ਕਰਕੇ ਅਤੇ ਜਾਨਾਂ ਜਾਂਦੀਆਂ ਨੇ, ਉਹਦੇ ਵਿੱਚ ਲਾਈਫ ਇਮਪ੍ਰਿਜ਼ਨਮੈਂਟ ਅਤੇ ਡੈਥ ਇਮਪ੍ਰਿਜ਼ਨਮੈਂਟ ਦੀ ਪ੍ਰੋਵੀਜ਼ਨ, ਯਾਨੀ ਉਮਰ ਕੈਦ ਅਤੇ ਸਜ਼ਾਏ ਮੌਤ ਹੋ ਸਕਦੀ, ਮੌਤ ਦੀ ਪ੍ਰੋਵੀਜ਼ਨ ਆ। ਔਰ ਬੜਾ ਈਜ਼ੀ ਹੈ ਇਸ ਗੱਲ ਨੂੰ ਪ੍ਰੂਵ ਕਰਨਾ, ਇਸ ਕਰਕੇ ਇਹ ਜਿਹੜਾ ਐਕਸਾਈਜ਼ ਐਕਟ ਪੰਜਾਬ ਦਾ ਆ ਕਾਫੀ ਸਟ੍ਰਿੰਜੈਂਟ ਆ, ਔਰ ਮੈਂ ਅਸ਼ੋਰ ਕਰਨਾ ਚਾਹੁੰਦਾ ਹਾਂ ਕਿ ਇਹਦੇ 'ਚ ਕੋਈ ਵੀ ਅਜੇ ਤੱਕ ਤਾਂ 10 ਆਇਡੈਂਟੀਫਾਈਡ ਨੇ, ਸਾਡੀ ਤਫਤੀਸ਼ 'ਚ ਕੋਈ ਹੋਰ ਵੀ ਆਇਡੈਂਟੀਫਾਈ ਹੁੰਦਾ ਤਾਂ ਕੋਈ ਸਪੇਅਰ ਨਹੀਂ ਕੀਤਾ ਜਾਊਗਾ, ਬਿਕੋਜ਼ ਇੰਨੀ ਵੱਡੀ ਟ੍ਰੈਜਡੀ ਨੂੰ ਫੇਸ ਕਰਨਾ ਬੜੀ ਔਖੀ ਗੱਲ ਆ ਹਰ ਇੱਕ ਪਰਿਵਾਰ ਲਈ, ਔਰ ਪਰਿਵਾਰ ਵੀ ਕੋਈ ਐਡੇ ਕੋਈ ਸਰਮਾਏਦਾਰ ਜਾਂ ਮੋਸਟਲੀ ਜਿਹੜੇ ਡੇਲੀ ਲੇਬਰ ਨੇ ਉਹ ਨੇ। ਆਖਰੀ ਸਵਾਲ ਹੈ ਜੀ ਕਿ ਜਿਹੜੇ ਲੋਕ ਹੁਣ ਤੱਕ ਗ੍ਰਿਫਤਾਰ ਹੋਏ ਨੇ ਜਾਂ ਜਿਹੜੇ ਤਫਤੀਸ਼ ਸਾਹਮਣੇ ਆਏ ਨੇ ਉਹ ਸਾਰੇ ਆਮ ਲੋਕ ਨੇ, ਹੇਠਲੇ ਪੱਧਰ ਦੇ ਨੇ, ਜਾਂ ਫਿਰ ਕੋਈ ਵੱਡਾ ਮੱਛ
ਛੋਟੀਆਂ ਮੱਛੀਆਂ ਨੇ ਜਾਂ ਫਿਰ ਕੋਈ ਵੱਡਾ ਮਗਰਮੱਛ, ਤੁਹਾਨੂੰ ਲੱਗਦਾ ਕਿ ਇਸ ਦਾ ਹਿੱਸਾ ਹੋ ਸਕਦਾ, ਉੱਥੋਂ ਤੀਕਰ ਪਹੁੰਚ ਰਹੇ ਹੋ? ਅਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਸਾਹਮਣੇ ਆਈ ਕਿ ਇਹ ਜਿਹੜੇ ਇੱਕ ਮਾਸਟਰ ਮਾਇੰਡ ਅਤੇ ਦੂਸਰਾ ਮਾਸਟਰ ਮਾਇੰਡ ਜਿਹਦੇ ਮੈਂ ਨਾਂ ਤੁਹਾਡੇ ਕੋਲ ਰਿਪੀਟ ਕੀਤਾ, ਇਸ ਤੋਂ ਵੱਡਾ ਕੋਈ ਹੋਰ ਕੋਈ ਵੱਡੀ ਕੋਈ ਮੱਛੀ ਸਾਹਮਣੇ ਆਈ ਅਜੇ ਤੱਕ? ਤਫਤੀਸ਼ ਫੈਕਟਰੀਆਂ ਦੀ ਜਿਹੜੀ ਭੂਮਿਕਾ, ਜਿਹੜੀ ਫੈਕਟਰੀ ਦੀ ਭੂਮਿਕਾ, ਉਹ ਦੇਖਿਆ ਜਾਏਗਾ ਕਿ ਉਹਨੇ ਕਿਹੜੇ ਮੋਟਿਵ ਨਾਲ ਇਹਨਾਂ ਨੂੰ ਸਪਲਾਈ ਕੀਤੀ, ਵੈਦਰ ਇਟ ਵਾਜ਼ ਅ ਪ੍ਰੋਫਿਟ ਮੋਟਿਵ, ਵੈਦਰ ਇਟ ਵਾਜ਼ ਅਨਐਥੀਕਲ, ਔਰ ਹੀ ਵਾਜ਼ ਲੀਗਲੀ ਅਲਾਊਡ ਟੂ ਡੂ ਔਰ ਨਾਟ, ਇਸੇ ਕਰਕੇ 120 ਵਿੱਚ ਸਾਰੀ ਤਫਤੀਸ਼ ਕੀਤੀ ਜਾਏਗੀ। ਤਾਂ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਸਾਫ਼ ਤੌਰ 'ਤੇ ਪੂਰੇ ਮਸਲੇ ਦੀ ਹੁਣ ਤੱਕ ਦੀ ਤਫਤੀਸ਼ ਮੁਤਾਬਕ ਦਾਅਵਾ ਕਰ ਰਹੇ ਨੇ ਕਿ 20 ਜਾਨਾਂ ਗਈਆਂ ਨੇ, 23 ਹਸਪਤਾਲ ਦੇ ਵਿੱਚ ਨੇ ਔਰ 8 ਜਿਹੜੇ ਲੋਕ ਨੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ ਜਿੰਨੇ ਵੀ ਮੁੱਖ ਦੋਸ਼ੀ ਨੇ, ਮੁੱਖ ਸਾਜਿਸ਼ਕਰਤਾ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਧਾਰਾ ਜਿਹੜੀ ਲਾਈ ਗਈ ਆ ਕਤਲ ਦੀ ਧਾਰਾ ਸਮੇਤ ਹੋਰ ਕਈ ਐਸੀਆਂ ਘਾਟ ਇਹ ਧਾਰਾ ਲਾਈ ਗਈ ਹੈ ਜਿਹਦੇ ਤਹਿਤ ਉਮਰ ਕੈਦ ਤੇ ਸਜਾਏ ਮੌਤ ਦੀ ਸਜ਼ਾ ਹੋ ਸਕਦੀ ਹੈ। ਤਾਂ ਐਸੇ ਗੁਨੇਗਾਰ ਧਿਆਨ ਨਾਲ ਇਸ ਖਬਰ ਨੂੰ ਸੁਣ ਲੈਣ ਕਿ ਇਹ ਛੋਟਾ ਮਾਮਲਾ ਨਹੀਂ ਹੈ। ਅਗਰ ਤੁਹਾਡੀ ਨਕਲੀ ਸ਼ਰਾਬ ਦੇ ਚਲਦਿਆਂ ਕਿਸੇ ਦੀ ਜਾਨ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਵੀ ਜਾਨ ਜਾ ਸਕਦੀ ਹੈ, ਤੁਹਾਨੂੰ ਸਜਾਏ ਮੌਤ ਹੋ ਸਕਦੀ ਹੈ। ਫਿਲਹਾਲ ਪੂਰੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਕੈਮਰਾਮੈਨ ਅਜੇ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।